खीर ये आजा क्या होना आजा बैठने हाय नहीं पता सी होते तो मैंने पता सी मैंने मांगा मरी नहीं और यार मेरी छड़ी क्या कर जाए था बैठना पाइन मेरी ए आ कौन की लग दी तेरी भैन शुक्र है महाराज का शुक्र है और नहीं मां रोना नहीं मां रोना नहीं रोना नहीं तू अन्ने अन्ने बड़े रखे चल मां दूर चला गया थी मैं परदेसी गया थी आ गया मैं आ गया मैं मां मां भी तड़के प्या भी तड़किया भरा भी तड़किया मैं मरदी उठी है कोई इन मरण की खातर आई मैं कनेडा तो आया दोनों भैन कनेडा माता ने भी कनेडा ही होना सी जे पुत तकड़ा हुंदा गए ने बहुत जोर लाया भैन ने की लगदी है तेरी भैन शुक्र है महाराज का शुक्र रोना नहीं मां रोना नहीं रोना नहीं बड़े रखे बड़े रही चल मां दूर चला गया सी मैं परदेसी गया थी आ गया मैं हुण आ गया मैं मां आ गया मैं हुण नाल दी नाल देखी जानी है नाल दी नाल भुली जानी है नाल दी नाल भुली जानी है ओ नाल दे मुंडे दी ओदी ओ दिन जे जे जो आख दी ओनी आ गई भैन बाबा जी कहंदे हुंदे सी ने तू कहंदे हुंदे सी सानू कौन सांभू बाबा जी तैनू तू कहंदे हुंदे सी ना बाबा जी कहंदे हुंदे तैनू रब सांभू गावे कि तैनू रब ने सांभ लिया तेरे मुंडे ने सांभ लिया तेरी तेरी किन्नी सेवा हुंदी आ तेनू रब सांभूगा साधु सिर ना तुर गया इन रब ने रब ने पता नहीं बटे पता नहीं गां रात साफ हुंदा है पता नहीं पिछे करके आई सी पता लग गया की होया एकदम मुंडे नूं की हो गया सी मुंडे नूं ਘੁਮਾਣ ਸਾਹਿਬ ਜਾਣਾ ਕਹਿੰਦਾ ਮੈਂ ਨੀ ਜਾਂਦਾ ਆਂਦਾ ਠੰਡ ਵਾਲੀ ਆ ਇਹ ਗੁਰਦੁਆਰੇ ਉੱਠ ਗਈ ਤੇ ਇਹਨੂੰ ਕਹਿੰਦਾ ਨਾ ਕਹਿੰਦਾ ਆਪਾਂ ਪਰ ਨੂੰ ਆਂਦਾ ਫੱਟਾ ਚੱਕ ਦਿੰਦਾ ਸਿਲਾਈ ਨੀ ਕਰਨੀ ਉਹ ਤਾਂ ਤੜਕੇ ਨੂੰ ਫੱਟਾ ਚੱਕਿਆ ਗਿਆ ਇਹ ਗੁਰਦੁਆਰੇ ਦੇ ਕਰਾਉਣ ਗਈ ਆ ਤੇ ਨਹਾਉਂਦਾ ਨਹਾਉਂਦਾ ਹੀ ਸੌਂ ਉੱਥੇ ਰਾਹ 'ਚ ਹੀ ਰਹਿ ਗਿਆ ਇੱਕ ਕਸ਼ਹਿਰੇ ਦੀ ਲੱਤ ਪਾਈ ਆ ਨਹਾ ਕੇ ਆਉਂਦੇ ਨੇ ਦੇਖਿਆ ਕਹਿੰਦੀ ਕਿੱਧਰ ਗਿਆ ਕਿੱਧਰ ਗਿਆ ਕਹਿੰਦੀ ਮੈਨੂੰ ਉੱਥੇ ਸੁਪਨਾ ਵੀ ਰੱਬ ਨੇ ਚੇਤਨ ਦਿੱਤੀ ਕਹਿੰਦੀ ਮੈਂ ਜਾਣੀ ਆ ਮੁੜ ਕੇ ਨਹੀਂ ਆਉਣਾ ਅੱਜ ਧੁੰਦ ਬਹੁਤ ਪੈਂਦੀ ਆ ਮੈਂ ਆਉਣਾ ਨਹੀਂ ਗਾ ਕਿਤੇ ਹੋਰ ਨਾ ਡਿੱਗ ਕੇ ਮਰ ਜਾ ਇੰਨੀ ਸੁੱਚੀ ਸੱਚੀ ਬੁੜੀ ਸੀ ਕਿਸੇ ਦਾ ਚੋਰੀ ਨਾ ਝੂਠ ਨਾ ਕੋਈ ਕੁਛ ਨਹੀਂ ਸੀ ਪਤਾ ਨਹੀਂ ਰੱਬ ਨੇ ਕਿਹੜੇ ਯੁੱਗ ਦੇ ਦੋ ਛੇ ਇੱਕ ਛੇ ਦਿਨਾਂ ਦੀ ਕੁੜੀ ਮਰੀ 15 ਦਿਨਾਂ ਦਾ ਮੁੰਡਾ ਮਰਿਆ ਆਹ 25 ਸਾਲ ਦਾ ਇੱਕ ਮਰਿਆ ਸੀ ਕੰਮ ਕਰ ਮਾਂ ਵੀ ਤੁਰ ਗਈ ਪਿਆ ਵੀ ਤੁਰ ਗਿਆ ਭਰਾ ਵੀ ਤੁਰ ਗਿਆ ਮੈਂ ਮਰਦੀ ਉੱਥੇ ਉੱਠ ਗਈ ਹੈ ਨਾ ਕੋਈ ਕਿ ਨਹੀਂ ਭਰਾ ਭਰਜਾਈਆਂ ਭਰਜਾਈਆਂ ਸਾਨੂੰ ਪਤਾ ਹੀ
ਕੈਨੇਡਾ ਤੋਂ ਆਏ ਹੋ ਭੈਣ ਵੀ ਆਊਗੀ ਮੇਰੀ ਦੋ ਮਹੀਨਿਆਂ ਨੂੰ ਤੁਸੀਂ ਕਿੰਨੀਆਂ ਭੈਣਾਂ ਵਾ ਅਸੀਂ ਤਿੰਨ ਸੀ ਭਰਾ ਸਾਰਿਆਂ ਤੋਂ ਵੱਡੀ ਆ ਦੋ ਭਰਾ ਸੀ ਭਰਾ ਕਿੱਥੇ ਨੇ ਹੁਣ ਲਾਲ ਸਿੰਘ ਭਾਈ ਰੁਪਏ ਰਹਿੰਦੇ ਸੀ ਮਰ ਗਿਆ ਉਹਦੇ ਵਿਯੋਗ ਨਾਲ ਹੀ ਇਸ ਤਰ੍ਹਾਂ ਇੱਕ ਬਾਹਰ ਸੀ ਉਹ ਵੀ ਮਰ ਗਿਆ ਬਹੁਤ ਚਿਰ ਹੋ ਗਿਆ ਯਾਨੀ ਕਿ ਦੋ ਭਰਾ ਮਰ ਗਏ ਪੁੱਤ ਮਰ ਗਿਆ ਘਰ ਵਾਲਾ ਵੀ ਮਰ ਗਿਆ ਮਾਂ ਪਿਓ ਵੀ ਗਏ ਮਾਂ ਪਿਓ ਵੀ ਚਲੇ ਗਏ ਭਣੋਈਏ ਵੀ ਤੁਰ ਗਏ ਮੇਰੇ ਘਰ ਵਾਲੇ ਪਿੱਛੋਂ ਇਹਦੇ ਘਰ ਵਾਲਾ ਮਰਿਆ ਫਿਰ ਭਰਾ ਮਰਿਆ ਫਿਰ ਪਿਓ ਮਰਿਆ ਇਕੱਠੇ ਸਾਲ ਸਾਲ ਬਾਅਦ ਤੈਅ ਕੀ ਹੋਇਆ ਤੇ ਦੋ ਬੱਚੇ ਛੋਟੇ ਹੁੰਦੇ ਚੜ੍ਹਾਈ ਕਰ ਗਏ ਇੱਕ 7 ਦਿਨਾਂ ਦੀ ਕੁੜੀ ਇੱਕ 15 ਦਿਨਾਂ ਦਾ ਮੁੰਡਾ ਇਹ ਵੀ ਹਾਂ ਭੈਣ 15 ਹਰਮਨ 15 ਦਿਨਾਂ ਦਾ ਮੁੰਡਾ ਬਿਮਾਰ ਹੋ ਗਿਆ ਸੀ ਉਹ ਬਚ ਗਿਆ ਸੀ ਉਹ 25 ਸਾਲਾਂ ਦਾ ਹੋ ਗਿਆ ਬਸ ਇਹਨਾਂ ਦੀ ਪੀੜ੍ਹੀ ਖਤਮ ਹੋ ਗਈ ਸਾਰੇ ਪਰਿਵਾਰ ਮੇਰੀ ਤਾਂ ਇੱਕੋ ਹੀ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਤਾ ਸਰਜੀਤ ਕੌਰ ਜੀ ਬਿਲਾਸਪੁਰ ਤੋਂ ਬਹੁਤ ਵਧੀਆ ਟੇਲਰ ਬਹੁਤ ਵਧੀਆ ਸਿਲਾਈ ਦਾ ਕੰਮ ਕਰਦੇ ਦੋਨੇ ਹਸਬੈਂਡ ਵਾਈਫ ਕਲਕੱਤੇ ਤੱਕਰ ਕੰਮ ਸੀ ਕਲਕੱਤੇ ਵੀ ਕੰਮ ਕਰਦੇ ਕਲਕੱਤੇ ਤੋਂ ਪੰਜਾਬ ਆ ਕੇ ਸ਼ਿਫਟ ਹੋ ਕੇ 3 ਬੱਚੇ ਹੋਏ ਇੱਕ 5-7 ਦਿਨਾਂ ਦੀ ਹੋ ਕੇ ਕੁੜੀ ਪੂਰੀ ਹੋ ਗਈ ਇੱਕ 15 ਦਿਨਾਂ ਦਾ ਮੁੰਡਾ ਪੂਰਾ ਹੋ ਗਿਆ ਇੱਕ ਪਾਲ ਲਿਆ ਸੀ ਉਹ 25 ਸਾਲਾਂ ਦਾ ਹੋ ਕੇ ਪੂਰਾ ਹੋ ਗਿਆ ਮਾਂ ਵੀ ਮਰ ਗਈ ਪਿਓ ਵੀ ਮਰ ਗਿਆ ਦੋਨੇ ਭੈਣਾਂ ਵੀ ਵਿਧਵਾ ਹੋ ਗਈਆਂ ਇੰਨੀਆਂ ਸੱਟਾਂ ਵੱਜਦੀਆਂ ਰਹੀਆਂ ਇੰਨੀਆਂ ਸੱਟਾਂ ਵੱਜਦੀਆਂ ਰਹੀਆਂ ਅੱਜ ਮਾਤਾ ਸਰਜੀਤ ਕੌਰ ਦੀ ਕੁੱਲ ਹੀ ਖਤਮ ਹੋ ਗਈ ਇੱਕ ਗੱਲ ਵੀ ਯਾਦ ਨਹੀਂ ਨਾ ਸਭ ਭੁੱਲ ਗਈ ਦਿਮਾਗ ਦੇ ਵਸ ਦੀ ਗੱਲ ਹੀ ਨਹੀਂ ਦਿਮਾਗ ਵੀ ਝੱਲ ਨਹੀਂ ਸਕਿਆ ਇੰਨੀਆਂ ਸੱਟਾਂ ਹੁਣ ਜਦੋਂ ਵੀਰ ਜੀ ਮੇਰੇ ਵਾਂਗੂ ਮੈਂ ਵੀ ਅਸੀਂ ਦੋਨੇ ਬਣਾ ਬਹੁਤ ਮਹਾਰਾਜ ਨੇ ਬਹੁਤ ਜਿੰਨੀ ਕੁ ਸੇਵਾ ਲਈ ਸਾਥੋਂ ਹੁਣ ਵੀ ਉੱਥੇ ਵੀ ਬਹੁਤ ਅਖੰਡ ਪਾਠ ਕਰਨ ਦੀ ਇੱਥੇ ਰੌਲਾ ਲਾਉਂਦੀ ਸੁੱਖ ਮਹੀਨੇ ਮੇਰੇ ਨਾਲ ਚੱਲਦੀ ਮਾਏ ਨੂੰ ਲਿਆਉਂਦੀ ਮਾਏ ਨੂੰ ਛੱਡ ਕੇ ਆਉਂਦੀ ਮਾਏ ਨੂੰ ਕਦੋਂ ਆਉਂਦੀ ਕਹਿੰਦੇ ਨਾ ਭੈਣ ਕੈਨੇਡਾ ਗਏ ਹੋਏ ਸੀਗੇ ਹੁਣ ਕਿੰਨੇ ਸਾਲਾਂ ਬਾਅਦ ਮੁੜੇ ਮੈਂ ਤਾਂ 7 ਸਾਲ ਬਾਅਦ ਹੀ ਆ ਮੇਰੇ ਪਿੱਛੇ ਆਈ ਇਸ ਤਰ੍ਹਾਂ ਹੋਈ ਆ ਬਾਲੀ 7 ਸਾਲ ਬਾਅਦ ਭੈਣ ਮੁੜੀ ਆ ਅਤੇ ਮਾਤਾ ਨੂੰ ਅਸੀਂ 9 ਕੁ ਮਹੀਨੇ ਹੋ ਗਏ 9-10 ਮਹੀਨੇ ਜਦੋਂ ਲੈ ਕੇ ਆਏ ਬੜਾ ਮਹੀਨੇ ਰਹੀ ਆ ਉੱਥੇ ਜਦੋਂ ਬਹੁਤ ਮਾੜੀ ਹਾਲਤ ਸੀ ਘਰ 'ਚ ਇਕੱਲੀ ਵੀ ਪਈ ਸੀ ਉਹਨਾਂ ਨੇ ਰੱਖੀ ਨਹੀਂ ਸਾਂਭੀ ਨਹੀਂ ਸਮਾਰ ਕੇ ਹੈ ਨਾ ਫਿਰ ਤੁਸੀਂ ਲੈ ਕੇ ਆਏ ਅਤੇ ਫਿਰ ਸਾਨੂੰ ਫੋਨ ਕੀਤਾ ਸੰਗਤ ਨੇ ਵੀਡੀਓ ਬਣਾ ਕੇ ਭੇਜੀ ਉੱਥੋਂ ਮਾਂ ਨੂੰ ਲੈ ਕੇ ਆਏ ਸਰਜੀਤ ਕੌਰ ਨੂੰ ਅੱਜ ਸਰਜੀਤ ਕੌਰ ਮਾਤਾ ਦੀ ਭੈਣ ਮਿਲਣ ਆਈ ਆ ਪਰਿਵਾਰਕ ਮੈਂਬਰ ਮਿਲਣ ਆਏ ਨੇ ਸ਼ੁਕਰੀਆ ਇਹਨਾਂ ਦਾ ਤੁਹਾਡੇ ਘਰੋਂ ਲੈ ਕੇ ਆਏ ਸੀ ਨਾ ਜੀ ਹਾਂਜੀ ਇਹ ਭੈਣ ਉਹਨਾਂ ਦੇ ਘਰੇ ਸੀਗੇ ਇਹੀ ਸਾਂਭਦੇ ਸੀ ਵਿਆਹ ਕੇ ਲਿਆਈ ਸੀ ਇਹ ਵਿਆਹ ਕੇ ਲਿਆਈ ਸੀ ਬਹੁਤ ਲਿਆ ਸੀ ਇਹਨਾਂ ਦੇ 50 ਸਾਲਾਂ ਪਰ ਦੇਖੋ ਪਤਾ ਨਹੀਂ ਕਿਹੜੇ ਕਰਮਾਂ ਦੀ ਗੱਲ ਆ ਕੋਈ ਪਿਛਲਿਆਂ ਦੀ ਆ ਜਾਂ ਅਗਲਿਆਂ ਦੀ ਆ ਪੂਰੀ ਇੱਕ ਕੁੱਲ ਹੀ ਖਤਮ ਹੋ ਗਈ 3 ਧੀਆਂ ਪੁੱਤ ਸੀ ਉਹ ਖਤਮ ਹੋ ਗਏ ਸਿਰ ਦਾ ਸਾਈਂ ਚਲੋ ਮਾਂ ਪਿਓ ਤਾਂ ਬੁੱਢੇ ਸੀ ਜਾਣਾ ਹੀ ਸੀ ਉਹ ਮੁੰਡਾ ਕਿਹੜਾ ਮਾਂ ਪਿਓ ਹੀ ਖਵਾਉਂਦੇ ਰਹੇ ਜਦੋਂ ਸਾਧ ਸ਼ੁਕਰ ਗਿਆ ਸੀ ਜੀ ਮਾਂ ਪਿਓ ਭੈਣਾਂ ਖਵਾਉਂਦੇ ਰਹੀਆਂ ਭੈਣ ਵੱਡੀ ਛੋਟੀ ਹੁਣ ਆਊਗੀ 2 ਮਹੀਨਿਆਂ ਨੂੰ ਉਹ ਕਿੱਥੇ ਆ ਉਹ ਵੀ ਉੱਥੇ ਹੀ ਆ ਅੱਛਾ ਉਹ ਵੀ ਕੈਨੇਡਾ ਹੀ ਆ 50 ਸਾਲ ਹੋ ਗਏ ਉਹਨੂੰ ਤੱਕੇ ਹੁਣ ਬੇਟੀ ਦਾ ਫੋਨ ਵੀ ਉੱਥੋਂ ਮੇਰੀ ਦਾ ਆਇਆ ਸੀ ਦੋਨੇ ਭੈਣਾਂ ਕੈਨੇਡਾ ਮਾਤਾ ਨੇ ਵੀ ਕੈਨੇਡਾ ਹੀ ਹੋਣਾ ਸੀ ਹਾਂ ਜੇ ਬਹੁਤ ਤਕੜਾ ਹੁੰਦਾ ਗਈ ਨਹੀਂ ਬਹੁਤ ਜ਼ੋਰ ਲਾਇਆ ਭੈਣ ਨੇ ਉਸ ਵੇਲੇ ਦੀ ਕਿੰਨੀ ਖਿਆਲ ਜਾਣੇ ਹੋਏ ਸੀ ਭੈਣ ਦੀ ਛੋਟੀ ਦੇ ਇੱਕ ਬੱਚਾ ਇਹਨੂੰ ਦਿੱਤਾ ਵੈ ਉਹ ਹੀ ਕਿਹਾ ਵੈ ਵੀ ਤੈਨੂੰ ਦੇ ਦੂੰਗੀ ਸਾਰੇ ਜ਼ੋਰ ਲਾ ਕੇ ਕਹਿੰਦੀ ਮੈਂ ਨਹੀਂ ਜਾਣਾ ਮੈਂ ਜਾਣਾ ਹੀ ਨਹੀਂ ਕਹਿੰਦੀ ਮੇਰਾ ਬੇਟਾ ਬਿਮਾਰ ਰਹਿਣ ਲੱਗ ਗਿਆ ਸੀ ਮੈਂ ਤਾਂ ਗਈ ਮੈਂ ਇਹਨੂੰ ਛੱਡ ਕੇ ਨਹੀਂ ਸੀ ਜਾਣਾ ਚਾਹੁੰਦੀ ਧੰਨਵਾਦ ਜੀ ਹੁਣ ਸਾਡੀ ਬੇਨਤੀ ਹੈ ਜੀ ਹੁਣ ਇਹਦਾ ਸਮਾਂ ਵਾ ਜਿਹੜਾ ਨਾ ਉਹ ਨਾਲ ਹੋ ਕੇ ਕਢਾਵੋ ਥੋੜ੍ਹਾ ਰਹਿ ਗਿਆ ਬਾਹਲਾ ਨਹੀਂ ਗਿਆ ਜੀ ਇਹਨੂੰ ਸੁੱਖ ਮਿਲ ਜੇ ਵਿਚਾਰੀ ਨੂੰ ਕਿਉਂਕਿ ਰੱਬੀ ਰੂਹ ਨੂੰ ਤਕਲੀਫ਼ ਨਾ ਦਿਓ ਸਾਡੀ ਬੇਨਤੀ ਆ ਆਉਂਦੇ ਵੀ ਰਹਿੰਦੇ ਆ ਭੈਣ ਵੀ ਆਊਗੀ ਮੈਂ ਵੀ ਆਊਂਗੀ ਮੈਂ ਇਹਨਾਂ ਨੂੰ ਭੇਜਦੀ ਰਹਿੰਦੀ ਹਾਂ ਹੈ ਨਾ ਮੇਰਾ ਰਹਿਣਾ ਮੇਰੇ ਘਰ ਨਹੀਂ ਦਾਰ ਨਹੀਂ ਮੈਂ ਰਹਿ ਨਹੀਂ ਸਕਦੀ ਹੈ ਨਾ ਚਲੋ ਕੋਈ ਗੱਲ ਨਹੀਂ ਭੈਣ ਬਹੁਤ ਧੰਨਵਾਦ ਕਰਿਓ ਜੀ ਮਾਂ ਸਰਜੀਤ ਕੌਰ ਵਾਸਤੇ ਅਰਦਾਸ ਇਹਨਾਂ ਮਾਵਾਂ ਦੇ ਪੁੱਤ ਬਣਨ ਦਾ ਸਾਨੂੰ ਸਬੱਬ ਬਣਿਆ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਨੂੰ ਇਹਨਾਂ ਮਾਵਾਂ ਦੇ ਪੁੱਤ ਬਣਾਇਆ ਅਸੀਂ ਬਣ ਸਕੀਏ ਇਹਨਾਂ ਮਾਵਾਂ ਦੇ ਪੁੱਤ ਅਤੇ ਇਹ ਮਾਵਾਂ ਨੂੰ ਅਸੀਂ ਪਿਆਰ ਦੇ ਸਕੀਏ ਉਹ ਮਾਂ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਠੀਕ ਹੈ ਮਾਂ ਬਹੁਤ ਧੰਨਵਾਦ
ठीक है ठीक है धन्यवाद ठीक है भेने।